ਤੂੰ ਇੱਥੇ ਹੀ ਹੱਥ ਮਾਰੀ ਜਾਏਂਗੀ, ਕੋਈ ਦਾਲ ਪਾਣੀ ਦਾ ਦੇਖ ਲੈ। ਆਹ ਦਾਲ ਪਾਣੀ ਦਾ ਹੀ ਕਰੀ ਜਾਂਦੀ ਹਾਂ ਮੈਂ, ਇੱਥੇ ਸਾਰਾ ਖਲਾਰਾ ਪਾ ਰੱਖਿਆ। ਚੰਗਾ ਭਲਾ ਨਾ ਆਹ ਚਟਨੀ ਕੁੱਟ ਕੇ ਰੋਟੀ ਖਾ ਲੈਂਦੇ, ਆਹ ਇਹਦਾ ਸਿਆਪਾ ਹੋ ਜਾਂਦਾ ਤੀਜੇ ਕੁ ਦਿਨ। ਹੋਰ ਹੁਣ ਉਹ ਕਹਿੰਦੀ ਹੈ ਮੈਂ ਆਉਣਾ, ਇਹ ਤਾਂ ਰੋਜ਼ ਮੂੰਹ ਚੱਕ ਕੇ ਆ ਜਾਂਦੀ। ਨਾ ਮੇਰੀ ਗੱਲ ਸੁਣ, ਆਪਾਂ ਕਿਹੜਾ ਚਟਨੀ ਨਾਲ ਰੋਟੀ ਨਹੀਂ ਖਾਂਦੀਆਂ, ਉਹਦੇ ਲਹਿਦਾ ਨਹੀਂ ਲੱਗਦੀ ਹੈਗੀ। ਉਹੀ ਤਾਂ ਗੱਲ ਹੈ, ਕੀ ਕਰੇ ਕੋਈ ਹੁਣ। ਇਹ ਐਵੇਂ ਨਾ ਆਪਣੇ ਘਰਦਿਆਂ ਨੇ ਜੰਭਲਾਈ ਹੋਈ ਹੈਗੀ, ਆਹ ਸਾਡੀ ਛੋਟੀ ਭੈਣ ਆ, ਸਾਡੀ ਛੋਟੀ ਭੈਣ ਆ, ਸਿਰ ਚੜ੍ਹਾ ਤਾ ਚੁੱਲ੍ਹਿਆਂ ਦੀ। ਆਪ ਤਾਂ ਬਾਹਰ ਨਿਕਲ ਜਾਂਦੇ ਨੇ, ਇਹਨੂੰ ਆਪਣੇ ਕੋਲ ਛੱਡ ਜਾਂਦੇ ਆ। ਇਹ ਹੁਣ ਇੱਥੇ ਰਹੂਗੀ? ਕਹਿੰਦੀ ਹੈ ਆ ਕਹਿੰਦੀ ਦੁਬਾਰੇ ਛੁੱਟੀਆਂ ਹੋ ਗਈਆਂ 10-15 ਦਿਨਾਂ ਦੀਆਂ, ਇੱਥੇ ਰਹਿ ਕੇ ਜਾਊਂਗੀ ਮੈਂ। ਅੱਛਾ, ਮੈਨੂੰ ਕਿਹੜਾ ਨੂੰ ਪਰਾਉਣੇ ਆ ਪੂਜੀ, ਇਕੱਲਾ ਤਾਂ ਬੰਦਾ ਕੁਛ ਮਰਜ਼ੀ ਖਾ ਲੇ, ਭਾਵੇਂ 4 ਨਾਲ 2 ਬੁਰਕੀਆਂ ਖਾ ਲੇ। ਹੁਣ ਫਿਰ ਮੈਂ ਕੋਈ ਸਬਜ਼ੀ ਸੁਬਜ਼ੀ ਹੋਰ ਮੰਗਵਾਉਣੀ ਪਊਗੀ? ਸੁਣ, ਆਲੂ ਵੱਢ ਕੇ ਬਣਾ ਦੇ, ਕੁਛ ਨਹੀਂ ਹੁੰਦਾ, ਆਪੇ ਖਾ ਲਊਗੀ। ਕਿਤੇ ਐਂ ਨਾ ਕਹੇ ਵੀ ਮੈਨੂੰ ਮਾਂ ਐਵੇਂ ਮੱਥਾ ਡੰਮਤਾ ਸੜੀ ਜੀ ਸਬਜ਼ੀ ਦਾ। ਮੱਥਾ ਡੰਮਾ ਹੁਣ ਇਹਨੂੰ, ਹੋਰ ਕਿੱਥੋਂ ਰਹਿੰਦੀ ਮਟਰ ਪਨੀਰ ਕੌਣ ਲੈ ਕੇ ਆਊਗਾ? ਕੰਮ ਦੇ ਬਹਾਨੇ ਲਾਉਂਦੀ, ਕੁਛ ਨਹੀਂ ਹੋਇਆਗਾ ਉਹਨੂੰ, ਚਾਂਬਲੀ ਮਿਸਤੀ ਹੋਈ। ਨਹੀਂ ਮੇਰੀ ਗੱਲ ਸੁਣ, ਆਹ 4 ਦਿਨ ਛੁੱਟੀਆਂ ਨੇ ਆਪਾਂ ਨੂੰ ਐਂ ਹੁੰਦੇ ਵੀ ਕਿਤੇ ਬਾਹਰ ਘੁੰਮ ਫਿਰ ਆਈਏ, ਕਿਤੇ ਕੁਛ ਹੋਰ ਕਰੀਏ, ਘਰ ਦੀ ਸਾਫ਼ ਸਫਾਈ ਕਰ ਲੈ, ਇੱਥੇ ਆ ਕੇ ਦੱਸ ਤੂੰ ਕੀ ਕਰਨਾ। ਬਸ ਬਹਾਨਾ ਚਾਹੀਦਾ ਉਹਨੂੰ ਤਾਂ ਪਿੰਡ ਜਾਣ ਦਾ, ਵੀ ਮੈਂ ਪੇਕੀ ਜਾਂਦੀ ਹਾਂ। ਉੱਥੇ ਇੱਥੇ ਬੈਠੀ ਰਹੂਗੀ, ਸਾਨੂੰ ਰੋਟੀ ਲੱਗੀ। ਚਲ ਤੂੰ ਕਿਲੱਲਾ ਸੱਲਾ ਸਾਨੂੰ ਛਿੱਲ ਲੈ ਫਿਰ ਭੈਣ ਬਣ ਕੇ, ਆਲੂ ਮੈਂ ਚੀਰ ਦੂੰਗੀ, ਮੈਂ ਇੱਥੋਂ ਵੀ ਨਹੀਂ ਸਾਰਾ ਦਿਨ ਹੁੰਦਾ ਭੈਣੇ ਕੰਮਾਂ ਇੰਨਾ। ਮੈਂ ਤਾਂ ਆਪ ਥੱਕੀ ਪਈ ਹਾਂ, ਮੈਂ ਕੀ ਕਰਾਂ। ਤੂੰ ਤਾਂ ਪਹਿਲਾਂ ਥੱਕ ਜਾ ਕਰ ਮੇਰੇ ਨਾਲੋਂ ਵੀ। ਦੇਖੀ ਸੱਚੇ ਥੱਕੀ ਪਈ ਹਾਂ ਮੈਂ, ਐ ਨਾ ਕਹਿ। ਉਹ ਗੰਢੇ ਵੀ ਨਾ ਕਿੱਥੇ ਲੈ, ਉਹ ਆ ਗਿਆ ਇੱਦਾਂ ਚੰਦ, ਆ ਵੀ ਗਏ ਟਾਈਮ ਨੂੰ। ਆ ਜਾ ਬਾਹਰੀ ਆ ਜਾ, ਨਹੀਂ ਇੱਥੇ ਲਿਬੜੇ ਪੈਰ ਲਓ। ਚਲ ਸਕੂਟਰੀ ਕੋਈ ਲੈ ਕੇ ਗਿਆ ਹੋਇਆ ਅੱਜ ਸਾਡੀ, ਉਹ ਗਵਾਂਢਣ ਲੈ ਗਈ ਸੀਗੀ, ਹਜੇ ਤੱਕ ਮੁੜੀ ਨੀ ਹੈਗੀ। ਕੋਈ ਨੀ, ਸਕੂਟਰੀ ਚ ਤੇਲ ਨੀ ਹੈਗਾ, ਤੇਲ ਨੀ ਨਾ ਹੈਗਾ ਤੇਰੇ ਸਕੂਟਰੀ ਚ? ਮੇਰੇ ਵਾਲੀ ਚ ਤੇਲ ਹੈਗਾ ਸਕੂਟਰੀ ਚ। ਹੋਰ ਆਪਾਂ ਬਾਜ਼ਾਰ ਚ ਕੁਲਚੇ ਖਾਣ ਜਾਣਾ ਹੁੰਦਾ ਤਾਂ ਬਥੇਰਾ ਤੇਲ ਆ ਜਾਂਦਾ ਹੈਗਾ, ਨੰਦਾ ਵਾਲੇ ਤੇਲ ਮੁੱਕ ਜਾਂਦਾ। ਬਸ ਤੂੰ ਤਾਂ ਆਉਂਦਿਆਂ ਸਾਰੀ ਬਸ ਲੜਨ ਤੇ ਤਿਆਰ ਰਿਹਾ ਕਰ, ਹੋਰ ਤਾਂ ਕੋਈ ਕੰਮ ਨਹੀਂ। ਏਡੀ ਕਿੱਡੀ ਗੱਲ ਸੀ, ਆਟੋ ਕਰਾ ਲਿਆਉਂਦੀ, ਤੂੰ ਵੀ ਤੁਰ ਕੇ ਆਈ ਆ। ਅੱਡੇ ਤੋਂ ਆਈ ਆ, ਆਟੋ ਵਾਲਾ ਕੋਈ ਦਿਸ਼ਾ ਨਹੀਂ, ਨਾ ਹੀ ਕੋਈ ਖੜਿਆ, ਸਭ ਸਵਾਰੀ ਲਈ ਬੈਠੇ ਦੀ ਆਪਦੀ ਆਪਦੀ। ਫਿਰ ਬਾਈ ਨੂੰ ਕਹਿ ਦਿੰਦੇ ਛੱਡ ਜਾਂਦਾ? ਹਾਂ, ਕਹਿੰਦੀ ਬਾਈ ਨੂੰ 100 ਕੰਮ ਨੇ। ਫਿਰ ਉਹੀ ਤਾਂ ਗੱਲ ਹੈ, ਕੰਮਾਂ ਦਾ ਕਿਤੇ ਲੜ ਲੁੜ ਕੇ ਤਾਂ ਨਹੀਂ ਆਈ ਐਤਕੀ? ਕੋਈ ਲੜ ਲੁੜ ਕੇ ਨਹੀਂ, ਕੋਈ ਚਾਹ ਪਾਣੀ, ਮੇਰਾ ਮੱਥਾ ਡੰਮ ਦੋ, ਐਡੀ ਦੂਰ ਆਈਆਂ ਪਾਣੀ ਦੀ ਘੁੱਟ ਤਾਂ ਪਿਆ ਦੋ ਮੈਨੂੰ। ਲੈ ਅਸ ਤਾਂ ਤੇਰੇ ਕੋਲ ਨਹੀਂ ਦੇਖਦੇ, ਸਾਡੀ ਨੰਦ ਬੀਬੀ ਕੁਛ ਨਾ ਕੁਛ ਲੈ ਕੇ ਆਉ ਸਾਡੇ ਵਾਸਤੇ। ਖਾਲੀ ਬੈਗ ਚੱਕ ਲਿਆਉਂਦੀ ਆਏ ਵਾਰੀ। ਕਿਉਂ? ਲੈ ਫੜ ਮੇਰੇ ਕੱਪੜੇ, ਰੇਚ 2 ਸੂਟ ਧੋ ਦੀ। ਧੋਣ ਵਾਲੇ ਕੱਪੜੇ ਪਾ ਕੇ ਲਈਏ ਸਹੁਰਿਆਂ ਤੋਂ? ਨਹੀਂ ਹੋਰ, ਮੇਰਾ ਤਾਂ ਨਾ ਲੱਕ ਦੁਖਦਾ ਅੱਜ ਐਕਣਾ, ਮੈਂ ਸਿੱਧਾ ਧੋਤੇ ਨਹੀਂ ਗਏ ਹੈਗੇ ਤਾਂ ਕਰਕੇ। ਅੱਛਾ, ਤੇਰਾ ਹੁਣੀ ਲੱਕ ਦੁਖਣ ਲੱਗ ਗਿਆ? ਨਹੀਂ ਹੋਰ, ਦੱਸ ਅਸੀਂ ਕੀ ਕਰੀਏ ਫਿਰ ਲੱਕ ਦੁਖਣ ਲੱਗ ਗਈ? ਤੂੰ ਐ ਸੋਚ, ਜੇ ਤੇਰੇ ਨਹੀਂ ਮੇਰੇ ਚੇਪੀਆਂ ਲੱਗਣੀਆਂ ਨੇ ਤੈਨੂੰ ਕੀ ਦਿਖਿਆ ਵਾ, ਕੀ ਦਿਖਿਆ? ਨਹੀਂ ਮੇਰੀ ਗੱਲ ਸੁਣ, ਜੇ ਤੇਰੇ ਐਡੀ ਕਿਤੇ ਲੱਕ ਦੁਖਦਾ ਨਾ, ਫਿਰ ਸਾਡਾ ਤਾਂ ਸਾਰਾ ਅੰਗ ਅੰਗੀ ਦੁਖਦਾਗਾ, ਅਸੀਂ ਕੀ ਕਰੀਏ? ਅਸੀਂ ਕੀ ਕਰੀਏ? ਆ ਜੇ ਚੇਪੀ ਦਿਖਾਵਾਂ? ਨਾ ਨਾ, ਬਸ ਅਸੀਂ ਨਹੀਂ ਦੇਖਣਾ, ਅਸੀਂ ਤਾਂ ਦੇਖਣੀਆਂ ਨਹੀਂ ਚੇਪੀਆਂ। ਆਪਣੇ ਚੇਪੀਆਂ ਦਾ ਕੀ ਦੇਖ ਲੈ, ਜੇ ਮੇਰੇ ਬੇਬੇ ਹੁੰਦੇ ਨਾ। ਲੈ ਲੱਗ ਗਈ ਕੇਕ ਨੂੰ ਕਰਨ। ਨਾ ਨਾ, ਬਸ ਤੂੰ ਰੋ ਨਾ, ਕੋਈ ਗੱਲ ਨਹੀਂ, ਅਸੀਂ ਹੈਗੀਆਂ ਨਾ। ਰੋਣ ਵਾਲੀ ਦੱਸ ਕੀ ਗੱਲ ਹੈ? ਹੋਰ ਚਲ ਆ ਜਾ ਅੰਦਰ, ਅੰਦਰ ਬੈਠੀ ਆ ਜਾ ਆਪਣੇ ਅੰਦਰ ਬੈਠੀ। ਲੱਕ ਭਲਾ ਹੀ ਦੁਖਦਾ ਹੈ ਮਸਾ ਤੱਕ। ਚੱਲ ਲੈ ਤੂੰ ਆ ਬੈਠ, ਅਸੀਂ ਆ ਗਈਆਂ, ਬਗ ਚੱਲ ਚੱਕ ਲਈਓ ਬਹਾਨੇ।
ਨਹੀਂ ਲੈ ਹੋਰ ਤਾਂ ਹੋਰ ਦੇਖ ਧੋਣ ਵਾਲੇ ਕੱਪੜੇ ਵੀ ਪਾ ਲਏ ਮੈਨੂੰ ਕਿਹਾ ਬਿਸਤਰੇ ਕੱਪੜੇ ਅਸੀਂ ਧੋਇਆ ਕਰਾਂਗੇ ਬਿਸਤਰੇ ਬਿਸਤਰੇ ਵੀ ਚੱਕ ਲਿਆਉਂਦੀ ਚੰਬਲਾ ਰੱਖਿਆ ਇਹਦੇ ਭਰਾ ਨੇ ਪਾਣੀ ਦਾ ਗਲਾਸ ਦੇ ਦੇ ਮੈਂ ਤੇਰੇ ਬਾਈ ਨੂੰ ਕਹਿ ਦੂੰਗੀ ਮੈਥੋਂ ਨੀ ਪੂਛ ਪਾਛ ਹੁੰਦੀ ਜੀ ਨਾ ਬੱਸ ਤੇ ਫਿਰ ਬੱਸ ਤੇ ਕਿਵੇਂ ਚੜੀ ਸੀਗੀ ਮੈਂ ਤਾਂ ਪੁੱਛਦੀ ਹਾਂ ਲੱਕ ਵਾਲਾ ਟੋਏ ਟੱਬਿਆਂ ਤੇ ਇੱਧਰ ਦੀ ਆ ਜਰ ਉਹ ਤਾਂ ਡਰਾਈਵਰ ਕੀ ਹੈ ਪਾਣੀ ਹੈ ਜੂਸ ਨਹੀਂ ਹੈਗਾ ਲੱਕੀ ਜੂਸ ਉਹ ਪਾਣੀ ਤਾਂ ਮੇਰੇ ਡਾਕਟਰ ਨੇ ਮਨਾ ਕਰਿਆ ਹੋਇਆ ਕਿ ਮੈਂ ਕਮਜ਼ੋਰੀ ਵਾਲੀ ਹੈ ਜੂਸ ਪੀਆ ਕਰ ਟਾਈ ਤਾਂ ਪੇਕੀ ਆਣੀ ਹੈ ਨਾ ਮਤਲਬ ਡਾਕਟਰ ਨੇ ਇਹ ਕਿਹਾ ਹੈਗਾ ਵੀ ਪੇਕਿਆਂ ਦਾ ਜੂਸ ਪੀਏ ਉਹ ਹਾਂ ਵੀ ਉੱਥੇ ਵੀ ਖਾਤਰਦਾਰੀ ਵਾਲੀ ਹੁੰਦੀ ਹੈ ਕਹਿੰਦੇ ਵੀ ਐਂ ਕਰ ਆਪਦੇ ਪੇਕੇ ਲਾਇਆ ਦੱਸਦੀ ਨਾ ਤਾਂ ਆ ਗਈ ਇਹੋ ਜਿਹਾ ਕਿਹੜਾ ਡਾਕਟਰ ਮੈਨੂੰ ਮਿਲਾਈ ਚੰਗਾ ਉਹਦੇ ਨਾਲ ਕਸ਼ਮੀਰੀਆ ਡਾਕਟਰ ਵੱਜਦਾ ਸਾਡੇ ਪਿੰਡ ਪਿੰਡ ਵਾਲੇ ਡਾਕਟਰ ਤਾਂ ਐਸੇ ਵੈਸੇ ਹੁੰਦੇ ਆ ਫਿਰ ਤੂੰ ਚੱਜ ਦੇ ਵੈਸੇ ਕੋਈ ਨਹੀਂ ਮੰਨਿਆ ਪਰ ਮੰਨਿਆ ਡਾਕਟਰ ਹੈ ਤੈਨੂੰ ਪਤਾ ਹੈ ਬੱਕਰੀਆਂ ਦਾ ਇਲਾਜ ਵੀ ਕਰਦੇ ਇੱਧਰ ਨੂੰ ਹੋ ਮੜਾ ਜਾ ਆ ਸਾਡੇ ਇੱਧਰਲੀ ਕੁਰਸੀ ਥੋੜੀ ਜਿਹੀ ਟੁੱਟੀ ਨਹੀਂ ਤੁਸੀਂ ਕੀ ਕਰੋਗੇ ਬਹਿ ਕੇ ਮੈਨੂੰ ਪਏ ਯਾਰ ਤਾਂ ਲੋਕੜੀ ਤੁਸੀਂ ਤਾਂ ਸਿਆਣੀਆਂ ਮਿਆਣੀਆਂ ਰਹਿ ਲਓ ਤੁਹਾਨੂੰ ਤਾਂ ਜਵਾਨੀ ਆਈ ਆ ਅੱਛਾ ਹਾਂ ਜੂਸ ਤਾਂ ਮੈਂ ਪੀ ਲਈ ਦੇਖਾਂ ਹਾਂ ਹੋਰ ਨਹੀਂ ਹੈਗਾ ਸਾਡੇ ਵੀ ਉਹਨੇ ਕਿਹਾ ਸੀ ਪਿੰਡ ਵਾਲੇ ਡਾਕਟਰ ਨੇ ਵੀ ਤਲੀਆਂ ਫਲੀਆਂ ਚੀਜ਼ਾਂ ਘਰੇ ਨੀ ਰੱਖਣੀਆਂ ਬਿਮਾਰ ਹੋ ਜਾਂਦੇ ਹੋ ਨਹੀਂ ਪਰ ਆਏ ਗਏ ਨੂੰ ਤਾਂ ਦੇ ਸਕਦੇ ਨਹੀਂ ਮੇਰੀ ਤਾਂ ਢੂਹੀ ਬੁਲਾਈ ਟੁੱਟਦੀ ਆ ਸੌ ਲੱਗੇ ਐ ਬੱਸ ਤੇ ਚੜ ਕੇ ਕਿਵੇਂ ਆ ਗਈ ਫਿਰ ਤੂੰ ਇੰਨੀ ਢੂਹੀ ਐ ਇੱਥੇ ਤਾਂ ਬਾਲੀ ਸੀ ਸੀ ਕਰੀ ਜਾਂਦੀ ਸੀ ਮੈਨੂੰ ਇੱਕ ਭਾਈ ਨੇ ਉਰਨ ਹੋ ਕੇ ਬੈਠ ਮੈਨੂੰ ਫੜੀ ਤੇ ਉਹਨੇ ਮੇਰੀ ਬਾਹ ਫੜ ਕੇ ਚੜਾਇਆ ਮੈਨੂੰ ਹੋਰ ਇੱਕ ਨੂੰ ਮੈਂ ਝੋਲਾ ਫੜਾਇਆ ਐਡਾ ਵੀ ਕੀ ਗੱਡਾ ਖੜਾ ਸੀਗਾ ਫਿਰ ਪਿੰਡੀ ਰੈਸਟ ਕਰ ਲੈਂਦੀ ਨਹੀਂ ਕਾਹਨੂੰ ਮੇਰੇ ਤਾਂ ਤੇ ਜੀ ਨਹੀਂ ਖੜਾ ਮੇਰੀ ਤਾਂ ਸੱਸ ਮੱਚਣੀ ਬਾਹਲੀ ਹਰਾਮਣ ਹੈ ਕਿਉਂ ਹੋਰ ਹਲੇ ਪੈਣ ਹੀ ਨਹੀਂ ਦਿੰਦੀ 10 ਮਿੰਟ ਮਾਮਾ ਪੇਕ ਕੇ ਜਾਂਦੀ ਆ ਉੱਥੇ ਮੈਨੂੰ ਕੋਈ ਨਹੀਂ ਠੋਂਦਾ ਹੈਗਾ ਨਾ ਫਿਰ ਕੀ ਹੁੰਦਾ ਭਾਬੀ ਨਾਲ ਮਾੜਾ ਮੋਟਾ ਕੰਮ ਕਰਾਈ ਦਿੰਦੇ ਹੁੰਦੇ ਆ ਹੋਰ ਨਾ ਜਿੱਥੇ ਤੁਹਾਡੇ ਰੱਬ ਵਰਗੇ ਭਾਬੀ ਹੋਣ ਉੱਥੇ ਮੈਂ ਕੰਮ ਕਰਦੀ ਸਣੀ ਲੱਗਦੀ ਮੇਰੇ ਤਾਂ ਆਪ ਭੈਣੇ ਬਾਲੀ ਢੂਹੀ ਦੁਖਦੀ ਆ ਆਏ ਤਾਂ ਆਪ ਕੱਲ ਹੀ ਡਿੱਗੂ ਕੀ ਹੱਡੀ ਉੱਥੇ ਤਿਲਕ ਕੇ ਡਿੱਗੀ ਮੈਂ ਤਾਂ ਤਿਲਕ ਗਈ ਹੋਰ ਚੁੰਗੀ ਭਲੀ ਤਾਂ ਤੁਰੀ ਫਿਰਦੀ ਆ ਮੈਨੂੰ ਦੇਖ ਲੈ ਆ ਮੱਚਣੀ ਮੇਰੀ ਤਾਂ ਢੂਹੀ ਨਹੀਂ ਮੁੜਦੀ ਨਹੀਂ ਮੈਂ ਤੈਨੂੰ ਕਾਹਨੂੰ ਫੜਾਉਂਦੀ ਕੱਪੜੇ ਲੈ ਤੂੰ ਗੱਲ ਕਰ ਤੇ ਇੰਨਾ ਰੋਣੀ ਕਾ ਤਾਂ ਪਹਿਲਾਂ ਤਾਂ ਐਂ ਦੱਸ ਹੋਰ ਕੀ ਹੋ ਜੇ ਮੇਰੇ ਬੇਬੇ ਬਾਪੂ ਹੁੰਦੇ ਉਹ ਮੈਨੂੰ ਦੇਖੀ ਪਤਾ ਕੀ ਗੱਲ ਹੈ ਮੇਥੋਂ ਤੇਰੇ ਵਾਲੇ ਖੇਖਣ ਜੇ ਹੁੰਦੇ ਨਹੀਂ ਨਾ ਹਾਏ ਹੁੰਦੇ ਨਹੀਂ ਮੇਥੋਂ ਮੈਂ ਖੇਖਣ ਨਹੀਂ ਕਰਦੀ ਹੈਗੀ ਜਿਹਨੂੰ ਤਕਲੀਫ ਹੁੰਦੀ ਹੈ ਜਿਹਨੂੰ ਲੱਗਦੀ ਹੈ ਉਹੀ ਜਾਣਦਾ ਹੈਗਾ ਮੈਨੂੰ ਤਾਂ ਆਪ ਲੱਗੀ ਹੈ ਮੈਂ ਤਾਂ ਆਪ ਢੂਹੀ ਦੁਖੀ ਜਾਂਦੀ ਹੈ ਚੁੱਪ ਕਰ ਜਾ ਇਹਨੇ ਕਿਹੜਾ ਜਿੱਤੇ ਦੀ ਏਡੀ ਤਾਂ ਲੁਤਰੋ ਲੱਗੀ ਹੈ ਚੱਲ ਕੋਈ ਨਾ ਕੀ ਕਿਹਾ ਉਹਨੂੰ ਮੈਂ ਲੁਤਰੋ ਲੁਤਰੋ ਕੀ ਲੁਤਰੋ ਨੀ ਮੈਂ ਤਾਂ ਉਹ ਕਹਿੰਦੀ ਸੀ ਵੀ ਕੁਛ ਖਾਣ ਨੂੰ ਬਣਾ ਲਈਏ ਆਪਾਂ ਕੋਮਲ ਤੂੰ ਉਹ ਪੀ ਕੇ ਰੈਸਟ ਕਰੇਂਗੀ ਨਾ ਮੈਂ ਨਾ ਅੱਜ ਮਟਰ ਪਨੀਰ ਦੀ ਸਬਜ਼ੀ ਖਾਉਂਗੀ ਮੈਨੂੰ ਡਾਕਟਰ ਕਹਿੰਦਾ ਸੀ ਕਹਿੰਦਾ ਵੀ ਪਨੀਰ ਖਾਇਆ ਕਰੋ ਵੱਧ ਤੋਂ ਵੱਧ ਕਰ ਲੈ ਪੁੱਛ ਪੁੱਛ ਪਨੀਰ ਆਪਣੇ ਇਹਨੇ ਨਾਲ ਵਾਲੀ ਡੇਅਰੀ ਸੀ ਉਹ ਤਾਂ ਬੰਦ ਹੋ ਗਈ ਚੱਲ ਕੋਈ ਨਹੀਂ ਫਿਰ ਅੱਡੇ ਤੇ ਕੀ ਹੈ ਅੱਡੇ ਅੱਡੇ ਚੀਰੇ ਪਏ ਆਲੂ ਆਲੂ ਚੀਰੇ ਪਏ ਹੈ ਨਹੀਂ ਇੱਕ ਤਾਂ ਡੇਅਰੀ ਵਾਲਾ ਆਪਣੇ ਪਿੰਡ 'ਚ ਹੋਰ ਤਾਂ ਕੋਈ ਹੈ ਹੀ ਨਹੀਂ ਅਸੀਂ ਤਾਂ ਬਣਾ ਰੱਖੀ ਆ ਸਬਜ਼ੀ ਆਲੂਆਂ ਦੀ ਬਸ ਕੀ ਆਲੂਆਂ ਦੀ ਸਬਜ਼ੀ ਬਣਾਉ ਮੈਂ ਨਹੀਂ ਖਾਂਦੀ ਆਲੂ ਉਲੂ ਮੈਨੂੰ ਤਾਂ ਬੈ ਹੋ ਜਾਂਦੀ ਮੇਰੇ ਗੋਡੇ ਖੜਾ ਦੋਗੇ ਤੁਸੀਂ ਫੇਰ ਆਪਣੇ ਭਾਈ ਨੂੰ ਫੋਨ ਕਰ ਦੀ ਲਿਆ ਦੂ ਤੈਨੂੰ ਕੋਈ ਚੀਜ਼ ਕੋਈ ਨਹੀਂ ਮੇਰਾ ਭਾਈ ਉੱਥੇ ਰਹਿ ਲਿਆ ਦੂਗਾ ਮੈਨੂੰ ਪਨੀਰ ਮੈਂ ਨਹੀਂ ਖਾਂਦੀ ਹੈਗੀ ਆਲੂ ਉਲੂ ਫਿਰ ਚੱਲ ਐਂ ਕਰ ਚਾਰ ਰੁਪਏ ਅੰਬ ਦਾ ਉਹਦੇ ਨਾਲ ਖਾ ਲਈ ਤਾਜ਼ਾ ਪਾਇਆ ਕੀ ਗੱਲ ਕੁੜੇ
ਚਟਨੀ ਬਣਾ ਲਾਂਗੇ ਆਪਾਂ। ਕੀ ਗੱਲ, ਮੈਂ ਸਬਜ਼ੀ ਤੋਂ ਵੀ ਗਈ ਹੈ, ਤੂੰ ਬਣਾ ਲੈ, ਤੂੰ ਆਪਦੇ ਪੇਕੇ ਜਾ ਕੇ ਚਟਨੀਆਂ ਨਾਲ ਰੋਟੀ ਖਾਂਦੀ ਹੈ। ਹਾਂ ਅਜੇ ਤੱਕ ਚਟਨੀ ਨਾਲ ਮੰਗਦੀ ਹੈ ਤੂੰ, ਚਾਰ ਨਾਲ ਚਟਨੀ ਨਾਲ ਜੋ ਵੀ ਕੋਈ ਚੀਜ਼ ਦਿੰਦੇ ਖਾ ਲੈਨੇ ਆ। ਮੈਂ ਨਹੀਂ ਖਾਂਦੀ, ਮੈਂ ਨਹੀਂ ਲਾਡਾਂ ਨਾਲ ਰੱਖੀ ਹੋਈਆਂ ਮੈਂ ਤਾਂ ਨਾ, ਅਸੀਂ ਉਹ ਸਿੱਟੀਆਂ ਸੀ ਮਾਂ ਪਿਓ ਨੂੰ। ਸਾਨੂੰ ਕਿਹੜਾ ਰੂੜੀ ਤੋਂ ਲੈ ਕੇ ਆਏ ਨੇ ਬਈ ਚੱਕ ਕੇ ਸਾਨੂੰ ਵੀ ਤਾਂ ਲਿਆਏ ਹੁਣ ਤੁਹਾਨੂੰ ਤਾਂ ਟਮਾਟਰ ਨਹੀਂ ਹੈਗੀ ਵੀ ਰਿਸ਼ਤੇਦਾਰਾਂ ਦੀ ਸੇਵਾ ਕਿਵੇਂ ਕਰਦੀ ਹੁੰਦੀ ਆ। ਆ ਮੰਗ ਕੇ ਲਿਆ ਵੀ ਜੂਸ ਲਿਆ ਦੇ ਮੈਨੂੰ। ਨਹੀਂ ਪਾਣੀ, ਪਹਿਲਾਂ ਤਾਂ ਪਾਣੀ ਹੀ ਫੜਾਈਦਾ, ਸਿੱਧਾ ਜੂਸ ਨਹੀਂ ਮੱਥੇ ਮਾਰੀਦਾ ਹੁੰਦਾ। ਸਾਨੂੰ ਕੀ ਪਤਾ ਵੀ ਹੁਣ ਤੇਰਾ ਡਾਕਟਰ ਨੇ ਪਾਣੀ ਵੀ ਬੰਦ ਕਰਤਾ, ਇਹੋ ਜਿਹਾ ਕਿਹੜਾ ਡਾਕਟਰ ਹੈ, ਕਸ਼ਮੀਰ ਦਾ ਡਾਕਟਰ ਹੈ। ਚੱਲ ਕੋਈ ਜਾਣਦੇ, ਜੂਸ ਪੀ ਕੇ ਆਰਾਮ ਕਰ ਲੈ, 2 ਘੰਟੇ ਫਿਰ ਖਾ ਲਈ ਰੋਟੀ। ਪਹਿਲਾਂ ਤਾਂ ਮੈਨੂੰ ਤੇਰੇ ਡਾਕਟਰ ਕੋਲ ਲੈ ਕੇ ਜਾਈ। ਮੈਂ ਤਾਂ ਘਰੋਂ ਖਾ ਕੇ ਨਹੀਂ, ਮੈਂ ਤੂੰ ਆਟਾ ਨਹੀਂ ਗੁੰਨਿਆ ਗਿਆ, ਮੈਂ ਕਹੀ ਤਾਂ ਜਾਂਦੀ ਆ ਵੀ ਮੈਂ ਸਮੋਸੇ ਆ ਜਾਂਦਾ ਤਾਂ ਹੀ ਧੋਰੇ ਆਈ ਆ, ਰੋਟੀਆਂ ਬਣਾ ਕੇ ਦੋ ਮੈਨੂੰ। ਨਾ ਫਿਰ ਤੇਰੇ ਪਿੱਛੇ ਸੱਸ ਸਹੁਰਾ ਵਿਚਾਰੇ ਉਹ ਕੀ ਉਹ ਆਪ ਬਣਾ ਕੇ ਖਾਂਦੇ ਆ। ਮੇਰੀ ਸੱਸ ਆਪੇ ਲਾ ਲੂ ਗੁਰੂ ਨੇ, ਲੈ ਦੇਖ ਲੈ ਇਹ ਤਾਂ ਮਟਿਆਰ ਪਈ ਹੈ, ਇਹ ਤਾਂ ਰੋਟੀਆਂ ਨਹੀਂ ਪੱਕਦੀਆਂ, ਉਹ ਪਕਾ ਲੂਗੀ। ਨਹੀਂ ਬਥੇਰੀ ਤਕੜੀ ਪਈ ਆ ਉਹ, ਇਹ ਤਕੜੀ ਹੈ ਫਿਰ ਉਹ ਤਾਂ ਇਦੋਂ ਵੀ ਤਕੜੀ ਹੋਣੀ ਵਿਚਾਰੀ। ਚੱਲ ਕੋਈ ਨਾ ਪੈ ਜਾ ਤੂੰ, ਮੈਨੂੰ ਪੜਾ, ਕੋਈ ਨਹੀਂ ਮੈਂ ਪੈਣੀ ਆ। ਹੈ ਠੀਕ ਹੈ, ਤੁਸੀਂ ਬਣਾ ਲਓ ਇਹਦੀ ਪੂਛ ਪੂਛ ਤੂੰ, ਲੈ ਹੋ ਜਾ ਪਰੇ ਹੁਣ ਖੜੀ ਹੋ ਜਾ, ਇੱਥੇ ਹੀ ਪਏਂਗੀ, ਇੱਥੇ ਹੀ ਪਈ ਜੂਗੀ ਮੈਂ ਤਾਂ, ਇਹ ਫੁੱਲ ਲੈ ਰੱਦੇ ਕਾਹਨੂੰ ਦੁਖਦੀ ਹੈ ਢੂਹੀ, ਮੈਂ ਤਾਂ ਬਹਾਨਾ ਲਾ ਕੇ ਆਈ ਆ। ਕਿਹੜਾ ਨੰਬਰ ਸੀ ਉਹਦਾ, ਕਿਹੜਾ ਫੋਨ ਲਾਉਣੀ? ਮੈਂ ਲਾਉਣੀ ਤੂੰ ਰਮਣ, ਗੇਟ ਲੱਗ ਗਈ ਮਾੜਾ ਜਿਹਾ। ਅੱਛਾ ਆਉਣੀ ਸੀ ਸ਼ਾਇਦ, ਮੈਂ ਕਰਦੀ ਹਾਂ। ਰਮਣ ਮੈਨੂੰ ਇਹ ਦੱਸੀ, ਆ ਕੋਮਲ ਦੇ ਘਰ ਵਾਲੇ ਦਾ ਭਲਾ ਆਹੀ ਨੰਬਰ ਹੈ ਨਾ, ਹੁਣ ਉਹਦੇ ਸਹੁਰਿਆਂ ਨੂੰ ਲਾਵੇਂਗੇ ਫੋਨ? ਆਹੋ ਮੇਰੀ ਗੱਲ ਸੁਣ, ਉਹ ਪੁੱਛੀ ਤਾਂ ਸਹੀ, ਨਾਲੇ ਬਹਾਨੇ ਨਾਲ ਆਏ ਕਹਿ ਦਾਂਗੇ ਵੀ ਤੁਸੀਂ ਕੁੜੀ ਜਦੋਂ ਬਿਮਾਰ ਹੁੰਦੀ ਇੱਧਰ ਨੂੰ ਤੋਰ ਦਿੰਦੇ ਹੋ। ਠੀਕ ਹੈ, ਆਹੀ ਨੰਬਰ ਕਾ ਬਹਾਨੇ ਕਰਦੀ, ਆਹੀ ਨੰਬਰ ਹੈ ਇਹ, ਇਹੀ ਹੈ ਆਪਣੇ ਧਿਆਨ ਰੱਖੀ। ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ। ਹਾਂ ਵੀਰੇ ਅਸੀਂ ਠੀਕ ਠਾਕ ਹਾਂ। ਵੀਰੇ ਮੈਂ ਤੁਹਾਡੇ ਤੋਂ ਗੱਲ ਪੁੱਛਣੀ ਸੀਗੀ, ਆਹ ਕੋਮਲ ਦੀ ਜਿਹੜੀ ਢੂਹੀ ਦੁਖਦੀ ਹੈ, ਇਹ ਡਿੱਗੀ ਡੁੱਗੀ ਹੈ ਜਾਂ ਕਿਵੇਂ ਦੁਖਦੀ ਇਹਦੀ ਢੂਹੀ? ਅੱਛਾ ਠੀਕ ਹੈ, ਨਾ ਨਾ ਮਤਲਬ ਵੈਸੇ ਪੁੱਛਿਆ ਵੀ ਮੈਨੂੰ ਬਹਿਵੇਂ ਜਾ ਪਿਆ। ਹਾਂ ਕੋਮਲ ਪਹੁੰਚ ਗਈ, ਠੀਕ ਹੈ ਬਾਈ। ਅੱਛਾ ਠੀਕ ਹੈ ਬਾਈ, ਹਾਂ ਇਹ ਤਾਂ ਮਾੜੀ ਗੱਲ ਹੈ ਫਿਰ ਉਹਦੀ। ਠੀਕ ਕੀ ਕਹਿੰਦਾ ਬਾਈ? ਕਹਿੰਦਾ ਉਹ ਤਾਂ ਢੂਹੀ ਦੁਖਦੀ ਹੋਣੀ, ਕਹਿੰਦਾ ਕੌਣ ਕਹਿੰਦਾ ਤੇ ਢੂਹੀ ਦੁਖਦੀ ਹੈ, ਕਹਿੰਦਾ ਕੱਲ ਰਾਤ ਤਾਂ ਅਸੀਂ ਕਿਸੇ ਵਿਆਹ 'ਚ ਜਾ ਕੇ ਆਇਆ, ਉੱਥੇ ਤਾਂ ਕਹਿੰਦਾ ਉਹ ਭੰਗੜੇ ਪਾਉਂਦੀ ਫਿਰਦੀ ਸੀ। ਲੈ ਦੇਖ ਲੈ ਬਹਾਨੇ ਕਿਵੇਂ ਲਾਉਂਦੀ ਹੈ, ਮੈਂ ਤੈਨੂੰ ਕਿਹਾ ਸੀ ਨਾ ਪੱਕਾ ਢੰਗ ਕਰਦੀ ਹੈ। ਮੇਰੀ ਗੱਲ ਸੁਣ, ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਉਹ ਢੰਗ ਕਰਦੀ ਹੈ, ਠੀਕ ਹੈ ਆਪਾਂ ਨੂੰ ਜਾ ਕੇ ਕਹਿਣੇ ਆ ਵੀ ਸਾਨੂੰ ਝੂਠ ਬੋਲਣ ਦੀ ਕੋਈ ਲੋੜ ਨਹੀਂ ਹੈਗੀ, ਵੀ ਸਾਨੂੰ ਤੇਰੇ ਘਰ ਵਾਲੇ ਨਾਲ ਗੱਲ ਹੋਊਗੀ, ਕਿਉਂ ਤੂੰ ਝੂਠ ਬੋਲਦੀ ਹੈ ਸਾਨੂੰ? ਆਪਾਂ ਭਾਜੀ ਨੇ ਸਾਰੀ ਗੱਲ ਦੱਸਤੀ, ਕਹਿੰਦਾ ਨਾ ਤਾਂ ਉਹਦੀ ਢੂਹੀ ਦੁਖਦੀ ਹੈ ਨਾ ਉਹਨੂੰ ਕੁਛ ਹੋਇਆ, ਅਤੇ ਨਾਲੇ ਕਹਿੰਦੀ ਉਹਦੀ ਸੱਸ ਸੀ ਜਿਹੜੀ, ਠੀਕ ਹੈ ਕਹਿੰਦਾ ਉਹ ਆਪ ਰੋਟੀਆਂ ਬਣਾ ਬਣਾ ਖਾਂਦੀ ਹੈ ਬਾਈ, ਕੀ ਕਰਿਆ ਜਾਵੇ? ਲੈ ਇਹਨੂੰ ਸਮਝਾ, ਮੇਰੀ ਗੱਲ ਸੁਣ, ਕੁਛ ਵੀ ਇਹ ਕਹਿੰਦੇ ਇਹਦੇ ਆਖੇ ਲੱਗਣ ਦੀ ਕੋਈ ਲੋੜ ਨਹੀਂ, ਇਹਨੂੰ ਚੁੱਪ ਕਰਕੇ ਕਹਿੰਦੇ ਕਿ ਭਾਈ ਦਾ ਬਾਈ ਦਾ ਫੋਨ ਆਇਆ ਸੀਗਾ ਤੈਨੂੰ ਕੁਛ ਨਹੀਂ ਹੋਇਆ, ਕਹਿ ਚੁੱਪ ਕਰਕੇ ਘਰੇ ਮੁੜ ਜਾ। ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿਤਾ ਸੀ ਵੀ ਖੇਖਣ ਕਰਦੀ, ਤੂੰ ਐਂ ਕਰ ਉਹਨੂੰ ਬਾਜ ਮਾਰ। ਕੋਮਲ ਦੱਸੀ ਆ, ਐਂ ਕਹਾਂਗੇ ਵੀ ਆਪ ਫੋਨ ਆਇਆ ਉੱਧਰੋਂ, ਠੀਕ ਹੈ ਠੀਕ ਹੈ, ਐਂ ਕਹਿ ਦੀ ਵੀ ਕੋਮਲ ਪਹੁੰਚ ਗਈ, ਐਂ ਕਰਿਆ ਸੀ। ਹਾਂ ਵੀ ਉਹਨੇ ਕਰਿਆ ਸੀ, ਕੋਮਲ ਪਹੁੰਚ ਗਈ। ਕੁਛ ਨੀ ਹੋਇਆ ਇਹਨੂੰ, ਬਾਈ ਦਾ ਫੋਨ ਆ ਗਿਆ ਭੈਣੇ।
ਆ ਗਿਆ ਨਾ ਢੰਗ ਕਰ ਕਿਹਦਾ ਫੋਨ ਆ ਗਿਆ ਤੇਰੇ ਪ੍ਰਾਹੁਣੇ ਦਾ ਮੇਰੀ ਗੱਲ ਸੁਣ ਕੋਮਲ ਰਹਿਣਾ ਇੱਥੇ ਜੀ ਸਦ ਕੇ ਰਹਿ ਪਰ ਆ ਪਖੰਡ ਜੇ ਨਾ ਕਰ ਝੂਠ ਨਾ ਬੋਲ ਲੈ ਪਖੰਡ ਕਰਨ ਵਾਲੀ ਕਿਹੜੀ ਗੱਲ ਆ ਕੋਮਲ ਗਈ ਨੂੰ ਚਾਰ ਦਿਨ ਤਾਂ ਹੋ ਗਏ ਦੁਬਾਰੇ ਕਾਹਤੋਂ ਆ ਗਈ ਉਹ ਕਿੱਡੀ ਕੁ ਗੱਲ ਹੈ ਮੇਰੇ ਪਿਓ ਦਾ ਘਰ ਇਹ ਪਿਓ ਦਾ ਘਰ ਠੀਕ ਹੈ ਜਿੰਨਾ ਟਾਈਮ ਜਵਾਕ ਆਰਾ ਹੁੰਦਾ ਨਾ ਓਨਾ ਟਾਈਮ ਰਹਿ ਵੀ ਲੈਂਦਾ ਆ ਤੂੰ ਵਿਆਹ ਕਾਹਦੇ ਵਾਸਤੇ ਕਰਾਇਆ ਸੀ ਫਿਰ ਇੱਥੇ ਹੀ ਰਹਿ ਲੈਂਦੀ ਅਸੀਂ ਆਪਾਂ ਨਹੀਂ ਜਾਂਦੀਆਂ ਇੰਨਾ ਚਿਰ ਛੇ ਛੇ ਮਹੀਨੇ ਨੇ ਆਪਾਂ ਨੂੰ ਤੋਰ ਦੇ ਬਾਈ ਜਾ ਟਿੱਕੇ ਬਾਈ ਜਾ ਤੂੰ ਤਾਂ ਬੋਲ ਹੀ ਨਾ ਤੂੰ ਹੀ ਲਾਉਣੀ ਆ ਸਾਰੀਆਂ ਤੂੰ ਮੇਰੇ ਮੇਰੀ ਗੱਲ ਲੱਗੀ ਚੱਲ ਆਪਾਂ ਕੰਮ ਕਰੀਏ ਤੂੰ ਐਂ ਕਰ ਝਾੜੂ ਪੋਚਾ ਕਰਦਿਆ ਕਰ ਬਾਕੀ ਕੰਮ ਅਸੀਂ ਕਰ ਲਿਆ ਕਰਾਂਗੇ ਚੱਲ ਨਹੀਂ ਮੇਰੀ ਤਾਂ ਟੂ ਹੀ ਦੁਖਦੀ ਆ ਮੈਥੋਂ ਨਹੀਂ ਹੁੰਦਾ ਹੈਗਾ ਕੰਮ ਦੇਖ ਜਿੰਨਾ ਟਾਈਮ ਸਾਨੂੰ ਪਤਾ ਨਹੀਂ ਸਾਨੂੰ ਵੀ ਐਂ ਸੀ ਤੇਰੀ ਟੂ ਹੀ ਦੁਖਦੀ ਹੈ ਆ ਸਾਨੂੰ ਪਤਾ ਲੱਗ ਐਕਸਟਰਾ ਦਿਖਿਆ ਜਾਂ ਤੈਨੂੰ ਮੈਂ ਤੇਰਾ ਕੁਝ ਨਹੀਂ ਦੇਖਣਾ ਮੈਨੂੰ ਕੋਈ ਲੋੜ ਨਹੀਂ ਚੱਲ ਬਸ ਝਾੜੂ ਪੋਚਾ ਕਰਦਿਆ ਕਰ ਠੀਕ ਹੈ ਨਹੀਂ ਫਿਰ ਤੂੰ ਉਹਦਾ ਬਾਗ ਜਾ ਭਾਈ ਆ ਜਾ ਕੰਮ ਤੋਂ ਟਲਦੀ ਉੱਥੋਂ ਆ ਜਾਊਗੀ ਬਾਗ ਜਾਣਾ ਕੋਈ ਗੱਲ ਨਹੀਂ ਛੋਟੀ ਭਾਬੀ ਆ ਮੈਨੂੰ ਭੁਜੀਆ ਪਾ ਕੇ ਦੇਈ ਕੋਲੀ ਚ ਥੋੜਾ ਜਿਹਾ ਹਾਏ ਹਾਏ ਤੈਨੂੰ ਕਿਹਾ ਹੋਇਆ ਕੋਮਲ ਅਸੀਂ ਨਮਕੀਨ ਕੋਈ ਨਹੀਂ ਘਰੇ ਰੱਖਦੇ ਐਵੀ ਬੋਲੀ ਜਾਂਦੀ ਹੈ ਉੱਠ ਕੇ ਆਪੇ ਖਾ ਲੈ ਜਿਹੜੀ ਚੀਜ਼ ਦੀ ਲੋੜ ਹੈ ਪਤਾ ਨਹੀਂ ਕੀ ਕਰਦੀ ਦੇਖ ਲਾ ਕਿਵੇਂ ਬੋਲਦਿਆਂ ਨੇ ਵੱਡੀ ਭਾਬੀ ਇਹ ਵੱਡੀ ਭਾਬੀ ਕਿਆ ਮੈਨੂੰ ਚਾਹ ਦੀ ਘੁੱਟ ਦੇ ਦੇ ਕਰ ਕਿਉਂ ਕੀ ਕਹਿੰਦੇ ਸੀ ਬੋਲ ਹੋਕਰੇ ਦੇ ਹੋਕਰੇ ਮਾਰੀ ਜਾਂਦੀ ਹੈ ਚੱਪੜ ਚੱਪੜ ਦੋਨੇ ਜਾਣੀਆਂ ਸ਼ਰਮ ਨਹੀਂ ਹੈਗੀ ਤੂੰ ਚੁੱਪ ਕਰ ਕਿਉਂ ਬੋਲੀ ਜਾਂਦੀ ਆ ਆਪੀ ਬਕਾਈ ਤੇ ਢੰਗ ਕਰਕੇ ਬਹਿ ਗਈ ਹੁਣ ਵੀ ਮੇਰਾ ਤਾਂ ਸਿਰ ਦੁਖਦਾ ਮੇਰੀ ਢੂਹੀ ਦੁਖਦੀ ਹੈ ਮੈਥੋਂ ਨਹੀਂ ਇਹਦੇ ਚੋਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਢੰਗ ਕਰਦੀ ਹੈ ਕਿਉਂ ਜਵਾਬ ਦਿੰਨੀ ਹੈ ਤੂੰ ਚੁੱਪ ਕਰਕੇ ਨਾ ਬੈਠੀ ਰਹਿ ਜੇ ਚਾਰ ਦਿਨ ਲਾਉਣਿਆ ਨਾ ਲਾ ਲਾ ਨਹੀਂ ਤਾਂ ਹੁਣ ਤੇਰੀ ਗੁੱਤਣੀ ਫੜ ਕੇ ਬਾਹਰ ਕੱਢ ਦੂੰ ਮੈਂ ਤੂੰ ਐਂ ਕਰ ਕੁਛ ਖਾਣ ਨੂੰ ਲੈ ਦੇਖ ਲੈ ਜਮੀ ਨੂੰ ਕੁਛ ਮੇਰਾ ਕਹਿਣਾ ਮੰਨਦੀਆਂ ਹੈਗੀਆਂ ਕਿਵੇਂ ਬੋਲਦੀਆਂ ਨੇ ਚੱਪੜ ਚੱਪੜ ਕੀ ਕਰਾਂ ਇਹ ਜਿਹੜਾ ਦੋਨੇ ਜਣੀਆਂ ਮੇਰਾ ਪਾਣੀ ਭਰਨੇ ਇਹ ਸਕੀਮ ਤਾਂ ਕੋਈ ਲਾਉਣੀ ਪਊਗੀ ਕੀ ਕਰਾਂ ਆਨੇ ਬਹਾਨੇ ਵੀ ਮਾਰ ਕੇ ਦੇਖ ਲੇ ਪਰ ਚੱਲਿਆ ਨਹੀਂ ਮੇਰਾ ਝੂਠ ਆਈਡੀਆ ਇਹ ਘਰ 'ਚ ਭੂਆ ਮਰੀ ਹੋਈ ਹੈ ਉਹਦਾ ਫਾਇਦਾ ਉਠਾਉਣਾ ਪਊਗਾ ਹਾਂ ਪਾਲੀ
ਨਹੀਂ ਬਾਲੀ 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 ਨੀ ਰਮਨ ਬਾਲੀ ਰਮਨ ਕੋਮਲ ਕੋਮਲ ਆ ਕੀ ਹੋ ਗਿਆ ਤੈਨੂੰ? ਕੋਮਲ ਜਸਵਿੰਦਰ ਬੋਲਦੀ ਭੂਆ, ਕੋਮਲ ਗੱਲ ਤਾਂ ਸੁਣ ਲਿਆ। ਜਸਵਿੰਦਰ ਬੋਲਦੀਆਂ, ਇੱਥੇ ਬੈਠੋ। ਅੱਛਾ ਅੱਛਾ, ਬਹਿਣੇ ਬਹਿਣੇ ਬਹਿਣੇ। ਹਾਂ ਦੱਸੋ ਭਾਈ, ਦੀਵਾਲੀ ਨੂੰ ਸੂਟ ਨਹੀਂ ਦਿੱਤਾ ਮੇਰਾ? ਆਪਾਂ ਕਿਹੜੀ ਭੂਆ ਦਾ ਸੂਟ ਦਿੰਦੇ ਸੀ? ਹੁਣ ਕਿਹੜੀ ਭੂਆ ਦੀ ਗੱਲ ਕਰਦੀ ਹੈ? ਜਸਵਿੰਦਰ ਦੀ ਗੱਲ ਕਰਦੀ ਆ ਮੈਂ, ਯਾਦ ਕਰਾਉਣੀ ਆ ਤੁਹਾਨੂੰ ਦੀਵਾਲੀ ਨੂੰ ਸਾਡੇ ਕੱਪੜੇ ਦਿੱਤੇ ਨਹੀਂ ਸੀ। ਸਮਝਾਉਣੀ ਆ, ਜਸਵਿੰਦਰ ਐ ਕਹਿੰਦੀ ਆ ਭਾਰੀ ਮਹਿੰਗੇ ਸੂਟ ਮੇਰੀ ਭਤੀਜੀ ਨੂੰ ਦਿਆ ਕਰੋ। ਤੇ ਅੱਛਾ, ਭੂਆ ਦਾ ਸੂਟ ਇਹਨੂੰ ਕੋਮਲ ਨੂੰ ਦੇਣੇ ਆ? ਹਾਂ, ਭਾਰੀ ਮਹਿੰਗਾ ਸੂਟ ਦੇਣੇ ਇਹਨੂੰ, ਉਹਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਉਹ ਭੂ ਭਤੀਜੀ ਨੂੰ ਬੜਾ ਪਿਆਰ ਕਰਦੀ ਸੀ ਨਾ। ਚਲੋ ਠੀਕ, ਜਸਵਿੰਦਰ ਬੋਲਦੀ ਆ, ਯਾਦ ਰੱਖੀ। ਹਾਂ ਨਹੀਂ, ਕੱਲੇ ਕੱਲੇ ਨੂੰ ਮਾਰ ਦੂੰਗੀ। ਹਾਂ ਚਲ, ਅਸੀਂ ਭੂਆ ਫੋਨ ਕਰਕੇ ਆ ਗਏ ਇੱਕ ਮਿੰਟ। ਹਾਂ ਹੋਏ ਹੋਏ, ਸਿਰ ਦੁਖਣ ਲੱਗ ਗਿਆ, ਨਜ਼ਾਰਾ ਆ ਗਿਆ। ਲੈ ਹੁਣ ਮੈਂ ਤਾਂ 5-5 ਹਜ਼ਾਰ ਵਾਲੇ ਸੂਟ ਲੈ ਕੇ ਜਾਊਂਗੀ, ਹੁਣ ਚੰਗੀਆਂ ਰਹੀ ਹਾਂ। ਬੈਤਲਾ ਚਾਹ ਦੀ ਕੁੱਟਣੀ ਬਣਾ ਕੇ ਦਿੰਦੀ ਸੀ, ਹੁਣ ਭਰਨ ਗਿਆ ਪਾਣੀ ਮੇਰਾ ਇਹ। ਹਾਏ ਹਾਏ, ਹੁਣ ਆਊਗਾ ਮੈਨੂੰ ਸਕੂਨ ਮਿਲੂਗਾ ਹੁਣ ਤਾਂ। ਲੈ ਹੁਣ ਐਸ਼ ਨਾਲ ਬਹਿ ਕੇ ਨਾ ਭੂਆ ਦਾ ਨਾਂ ਲੈ ਲੈ ਕੇ ਪਨੀਰ ਦੀਆਂ ਸਬਜ਼ੀਆਂ ਖਾਊਂਗੀ ਰਹਿ ਕੇ। ਚਾਹ ਆਹ ਤਾਂ ਕੰਮ ਸੋਹਣਾ ਕਰਤਾ। ਅਜਾ ਰਮਨ, ਉਹਦਾ ਨਵਾਂ ਸਿਆਪਾ ਖੜਾ ਹੋ ਗਿਆ। ਫੋਨ ਕਿਉਂ ਦੱਸਣਾ? ਕਹਿਣਗੇ ਸਾਡੀ ਭੈਣ ਨੂੰ ਪਤਾ ਨੀ ਕੀ ਕਰਤਾ। ਤੂੰ ਐਂ ਕਰ ਭੈਣ ਬਣ ਕੇ, ਉਹਦੀ ਨਿਗਾਹ ਰੱਖ, ਮੈਂ ਹੁਣੀ ਕੋਈ ਹੱਲ ਕਰਕੇ ਆਉਣੀ। ਤੂੰ ਦੂਰ ਖੜ ਕੇ ਦੇਖੀ ਚੱਲ ਭੈਣ ਬਣ ਕੇ, ਮੈਂ ਇੱਕ ਮਿੰਟ ਹੁਣੀ ਆਈ ਤੇਰੇ ਕੋਲ, ਇੱਕ ਕੰਮ ਕਰਕੇ ਆਉਣੀ ਆ, ਛੇਤੀ ਆ ਗਈ ਬੈਠ। ਹਾਂ ਹੈਲੋ, ਹਾਂ ਬਾਈ ਸਤਿ ਸ਼੍ਰੀ ਅਕਾਲ। ਹਰੀਸ਼, ਤੇਰੇ ਯਾਦ ਹੈ ਨਾ ਤੂੰ ਕਾਲਜ ਟਾਈਮ ਨਾ ਆਪਾਂ ਨਾਟਕ ਕਰਦੇ ਹੁੰਦੇ ਸੀ ਸਟੇਜ 'ਤੇ, ਅਤੇ ਤੂੰ ਹਮੇਸ਼ਾ ਫਸਟ ਵੀ ਆਉਂਦਾ ਹੁੰਦਾ ਸੀ? ਅੱਜ ਰੀਅਲ ਦੇ ਵਿੱਚ ਤੇਰੀ ਲੋੜ ਹੈ, ਅਤੇ ਮੇਰੀ ਗੱਲ ਸੁਣ, ਮੈਂ ਤੈਨੂੰ ਲੋਕੇਸ਼ਨ ਭੇਜਣ ਲੱਗੀ ਹਾਂ, ਠੀਕ ਹੈ? ਆਪਣੇ ਘਰ ਦੇ ਵਿੱਚ ਅੱਜ ਤੂੰ ਉਹੀ ਡਰਾਮਾ ਕਰਨਾ ਸੇਮ ਜਿਹੜਾ ਤੂੰ ਉੱਥੇ ਕਰਦਾ ਹੁੰਦਾ ਸੀ, ਠੀਕ ਹੈ? ਹਾਂ ਮੈਂ ਤੈਨੂੰ ਲੋਕੇਸ਼ਨ ਭੇਜ ਦਿਓ, ਛੇਤੀ ਛੇਤੀ ਪਹੁੰਚ, ਠੀਕ ਹੈ ਵੀਰੇ? ਓਹੋ ਲੈ, ਮੈਂ ਤਾਂ ਫੋਨ ਕੱਟ ਤਾਂ, ਪੂਰੀ ਗੱਲ ਨੂੰ ਦੱਸੀ ਵਿਚਾਰੇ ਨੂੰ। ਹੈਲੋ ਬਾਈ, ਤੂੰ ਗੱਲ ਸੁਣ, ਤੂੰ ਡਰਾਮਾ ਕੀ ਕਰਨਾ ਉਹ ਤਾਂ ਮੈਂ ਤੈਨੂੰ ਦੱਸਣੀ ਭੁੱਲ ਗਈ, ਅਤੇ ਕਿਹਦੇ ਸਾਹਮਣੇ ਕਰਨਾ? ਅਤੇ ਹੁਣ ਤੂੰ ਧਿਆਨ ਨਾਲ ਸੁਣ ਲੈ, ਇੱਥੇ ਤੈਨੂੰ ਮੈਂ ਜਮ੍ਹਾਂ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਤੈਨੂੰ ਮੈਂ ਬੁਲਾਇਆ ਅਤੇ ਤੂੰ ਮੈਨੂੰ ਜਾਣਦਾ, ਠੀਕ ਹੈ? ਹਾਂ ਹੁਣ ਤੂੰ ਧਿਆਨ ਨਾਲ ਸੁਣ। ਠੀਕ ਹੈ,
ਹਾਂ ਬਸ ਪਲੀਜ਼ ਜਮ੍ਹਾਂ ਸ਼ੱਕ ਨਾ ਹੋਵੇ, ਚੱਲ ਠੀਕ ਹੈ ਛੇਤੀ ਆ ਜਾ। ਠੀਕ ਹੈ ਬਾਈ। ਹੁਣ ਵੀ ਤਾਂ ਲਿਆ ਕੇ ਦਿੱਤਾ ਭੋਜੀ, ਆ ਪਹਿਲਾਂ ਲਿਆ ਦਿੰਦੀ ਆ। ਭੋਜੀ ਆ ਖਾ ਲਿਆ ਸਬਜ਼ੀ। ਮੈਂ ਲੈ ਜਾ ਭਾਂਡੇ। ਹਾਂ ਲੈ ਜਾ ਭੁਜਿਆ, ਤਾਂ ਮੈਂ ਖਾਊਂਗੀ। ਹਜੇ ਹੋਰ ਖਾਊਂਗੇ? ਠੀਕ ਹੈ ਖਾ ਲਓ ਭੋਈ। ਮਗ ਜਾ ਦੋ ਸੌ ਰੁਪਇਆ ਬਚ ਗਿਆ ਚੁੱਕ ਨਹੀਂ, 1500 ਰੁਪਇਆ ਲਵਾ ਤਾ ਅੱਜ 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 ਹੀ। ਭੂਆ ਇੰਨਾ ਖਾਂਦੀ ਸੀਗੀ? ਉਹ ਤਾਂ ਕਿੱਥੇ, ਉਹ ਤਾਂ ਇੰਨੀ ਨਰਮ ਸੀਗੀ, ਉਹ ਕਿੱਥੇ ਇਹੋ ਜਿਹਾ ਕੁਛ ਪਸੰਦ ਕਰਦੀ ਸੀ। ਨਾਲੇ ਤੈਨੂੰ ਨਹੀਂ ਪਤਾ ਪਹਿਲਾਂ ਵਾਲੀਆਂ ਬੁੜੀਆਂ ਭਾਵਾਂ ਐ ਮਟਰ ਪਨੀਰ ਤੇ ਭੁਜੀਏ ਖਾਂਦੀਆਂ ਸੀਗੀਆਂ। ਉਹ ਤਾਂ ਹੈ ਕਿੱਧਰ ਆ ਕੌਣ ਆ ਗਿਆ? ਹਲਕ ਨਿਰੰਜਨ ਆ ਜਾ। ਆਹ ਬਾਬਾ ਜੀ ਸਤਿ ਸ੍ਰੀ ਅਕਾਲ ਜੀ। ਰਾਮ ਰਾਮ ਭਾਈ, ਰਾਮ ਰਾਮ। ਆਜੋ ਬਾਬਾ ਜੀ ਲੰਘਿਓ। ਬਾਬੇ ਨੂੰ ਪਤਾ ਲੱਗ ਗਿਆ ਵੀ ਆਪਣੇ ਘਰੇ ਕੁਛ ਹੈਗਾ ਮੈਨੂੰ ਲੱਗਦਾ। ਸਤਿ ਸ੍ਰੀ ਅਕਾਲ ਬਾਬਾ ਜੀ। ਕੀ ਦੇਖ ਰਹੇ ਹੋ? ਇੱਥੇ ਪ੍ਰੇਤ ਆਤਮਾ ਦਾ ਵਾਸ ਹੈ। ਬਾਬਾ ਜੀ ਤੁਸੀਂ ਉਰੇ ਕਿਵੇਂ ਰਹਿ ਰਹੇ ਹੋ? ਬਾਬਾ ਜੀ ਅਸੀਂ ਰਹਿਣਾ, ਸਾਡਾ ਘਰ ਹੈ ਬਾਬਾ ਜੀ, ਉਹ ਸਾਡੇ ਨਾਲ ਅਸੀਂ ਗੱਲ ਕਰਨੀ ਸੀ। ਮੇਰੀ ਨਣ ਦਾ ਹੀ ਹੋਈ ਆ, ਉਹਨੂੰ ਪਤਾ ਨਹੀਂ ਕੀ ਹੋ ਗਿਆ, ਮੜ ਜਾ ਪਤਾ ਨਹੀਂ ਮੇਰੇ 'ਚ ਕੋਈ ਵੜ ਗਿਆ। ਮੈਨੂੰ ਉਹਦੇ ਕੋਲ ਛੇਤੀ ਲੈ ਕੇ ਜਾਓ। ਹਾਂ ਬਾਬਾ ਜੀ ਉਹ ਅੰਦਰ ਬੈਠੀ ਹੈ, ਭੁਜੀਆ ਖਾਈ ਜਾਂਦੀ ਹੈ, ਸਾਡਾ ਤਾਂ ਇੱਕ ਦਿਨ 'ਚ 2000 ਰੁਪਇਆ ਖਾ ਜਾਂਦੀ ਹੈ ਜਦੋਂ ਦੀ ਬਿਮਾਰ ਹੋਈ ਹੈ। ਆ ਮਤਲਬ ਭੂਆ ਆਈ ਸੀ, ਚਲੋ ਮਾੜਾ ਜਿਹਾ ਦੇਖਿਓ, ਅਸੀਂ ਬਾਹਰ ਹੀ ਬੈਠੇ ਜੀ, ਜੇ ਕੋਈ ਲੋੜ ਹੋਈ ਤਾਂ ਦੱਸ ਦਿਓ। ਇੱਥੇ ਹੀ ਖੜੀ ਰਹਿ ਆਪਣੀ ਬਾਹਰ। ਹਾਏ ਆ ਕੌਣ ਆ ਗਿਆ? ਲੱਖ ਨਿਰੰਜਨ ਉਹ ਬੈਠੀ ਆ। ਰਿਕਾਰਡਿੰਗ ਮੈਂ ਹੁਣੇ ਲਾ ਲੈਣਾ। ਚੱਕ ਰਿਕਾਰਡਿੰਗ ਲਾ ਲਈ, ਹੁਣ ਦੇਖਦਾ ਕੀ ਡਰਾਮੇ ਕਰਦੀ ਹੈ। ਵਗ ਜਾ, ਇੱਥੇ ਕੀ ਲੈਣ ਆਇਆ ਬਾਬਾ? ਉਹ ਮੈਨੂੰ ਤੂੰ ਖਿੱਚ ਕੇ ਲੈ ਕੇ ਆਈ ਹੈ। ਜਾ ਵਗ ਜਾ ਬਾਬਾ, ਹੋਰ ਮਾੜਾ ਹੋ ਜੂ ਇੱਥੇ ਕੰਮ। ਓ ਤੂੰ ਮਾੜਾ ਕਰਕੇ ਦਾ ਦੇਖ, ਆ ਚਿਮਟਾ ਪਤਾ ਕਾਹਦੇ ਵਾਸਤੇ ਰੱਖਿਆ? ਇਹ ਭੂਤਾ ਭਜਾਉਣ ਵਾਸਤੇ ਰੱਖਿਆ। ਬਾਬਾ ਕੰਮ ਗਲਤ ਹੋ ਜੂ, ਤੂੰ ਵਗ ਜਾ ਇੱਥੋਂ। ਹਾਂ ਤੂੰ ਗਲਤ ਪੰਗਾ ਲੈ ਲਿਆ ਉਰੇ ਆ ਕੇ ਬਾਬਾ। ਗਲਤ ਤਾਂ ਤੂੰ ਕਰ ਰਹੀ ਹੈ, ਮੇਰੀ ਗੱਲ ਸੁਣ ਲੈ। ਮੈਂ ਵੱਡੇ ਵੱਡੇ ਭੂਤ ਕੱਢਤੇ, ਆ ਜਿਹੜਾ ਚਿਮਟਾ ਨਾ ਭੂਤਾ ਕੱਢਣ ਨੂੰ ਰੱਖਿਆ, ਹਿਸਾਬ ਲਾ ਲੈ। ਜਾ ਵਗ ਜਾ ਬਾਬਾ, ਵਗ ਜਾ। ਓਏ ਬਾਬਾ ਐ ਡਰਨ ਵਾਲਾ ਨਹੀਂ ਹੈਗਾ, ਮੇਰੀ ਗੱਲ ਸੁਣ ਲੈ। ਮੈਨੂੰ ਸਭ ਪਤਾ ਉਰੇ ਕੌਣ ਮਰਿਆ ਤੇ ਕੌਣ ਜਿਉਂਦਾ ਹੋਇਆ, ਸਮਝ ਆ ਗਈ? ਸਿੱਧੀ ਹੋ ਕੇ ਸਾਰੀ ਗੱਲ ਦੱਸ ਦੇ, ਮੈਨੂੰ ਸਾਫ਼ ਸਾਫ਼ ਦੱਸ ਦੇ ਮਰਜ਼ ਕੀ ਹੈ। ਦੱਸਾਂ ਕਿ ਨਾ ਦੱਸਾਂ? ਐ ਕਰਦੀਆਂ ਇਹਨੂੰ ਉਹਦੇ ਨਾਲ ਰਲਾ ਲੈਂਦੀ ਹਾਂ। ਬਾਬੇ ਦਾ ਪੈਸਿਆਂ ਦੀ ਪੁੱਛ ਲੈਂਦੇ ਨੇ, ਦੇ ਕੇ 500,000 ਆਪਣੇ ਵਰਗਾ ਕਰ ਲੈਂਦੀ ਹਾਂ। ਦੱਸ ਪਾਪਾ ਦੇਖ,
ਮੇਰੀ ਗੱਲ ਸੁਣ, ਜੇ ਤਾਂ ਦੇਖ ਤੂੰ ਮੇਰੇ ਨਾਲ ਰਲ ਲਾਂਗਾ ਹੈ, ਆਪਾਂ ਪੈਸੇ ਅੱਧੋ ਅੱਧ ਕਰ ਲਾਂਗੇ। ਅੱਧੋ ਅੱਧ? ਹਾਂ, ਪਰ ਮੇਰੀ ਗੱਲ ਤਾਂ ਮੰਨਣੀ ਪਊ ਤੈਨੂੰ। ਦੇਖ ਇਹ ਘਰ 'ਚ ਨਾ ਸਾਡੀ ਭੂਆ ਮਰੀ ਹੋਈ ਹੈ, ਸਮਝ ਗਿਆ? ਭੂਆ ਮਰੀ ਹੋਈ ਹੈ, ਮੈਂ ਇਹਨਾਂ ਨੂੰ ਐਂ ਡਰਾਉਂਦੀ ਹਾਂ ਵੀ ਮੇਰੇ 'ਚ ਉਹ ਆਉਂਦੀ ਹੈ ਜੀ। ਠੀਕ ਹੈ, ਉਹ ਕਿਉਂ ਡਰਾਉਣੀ ਆ? ਮੈਂ ਮੇਰੇ ਪਿਓ ਦੀ ਕਰੋੜਾਂ ਦੀ ਜਾਇਦਾਦ ਹੈ, ਦੇਖ ਲੈ। ਜਦੋਂ ਮੈਂ ਪੇਕੇ ਆਉਣੀ ਹਾਂ, ਮੈਨੂੰ ਆਈ ਨਹੀਂ ਕੋਈ ਚੱਜ ਨਾਲ ਰੋਟੀ ਪਾਣੀ ਦਿੰਦੀਆਂ, ਮੈਨੂੰ ਕੁਛ ਨਹੀਂ ਦਿੰਦੀਆਂ ਇਹ। ਫਿਰ ਤੂੰ ਆਪ ਦੇਖ ਵੀ ਮੈਂ ਆਪਦੀ ਜਾਇਦਾਦ ਲੈ ਜਾਂ ਉਰੋਂ ਹਿੱਸਾ ਲੈ ਜਾਂ ਆਪਦਾ। ਫਿਰ ਜੇ ਤਾਂ ਮੈਨੂੰ ਚੱਜ ਨਾਲ ਬੁਲਾਉਣ, ਫਿਰ ਤਾਂ ਮੈਂ ਕੋਈ ਇਹੋ ਜਿਹਾ ਪਖੰਡ ਨਾ ਕਰਾਂ। ਦੇਖ ਜਦੋਂ ਮੈਨੂੰ ਬੁਲਾਉਂਦੀਆਂ ਨਹੀਂ, ਮੈਂ ਜਦੋਂ ਜਾਂਦੀ ਹਾਂ ਮੈਨੂੰ ਕੋਈ ਰੁਪਈਆ ਨਹੀਂ ਮੇਰੇ ਹੱਥ 'ਤੇ ਧਰਦੀਆਂ, ਕੋਈ ਮੇਰੇ ਕੋਲ ਇਹ ਤਿੱਥ ਤਿਉਹਾਰ ਨੂੰ ਨਹੀਂ ਜਾਂਦੀਆਂ, ਕੋਈ ਮੈਨੂੰ ਸੂਟ ਸੱਪਾਂ ਨਹੀਂ ਦਿੰਦੀਆਂ ਹੈਗੀਆਂ, ਆਈ ਨੂੰ ਮੱਥੇ ਵੱਟ ਪਾ ਲੈਂਦੀਆਂ ਨੇ, ਤਾਂ ਮੈਂ ਆਹ ਕੰਮ ਕਰਦੀ ਹਾਂ। ਅਤੇ ਜਿਹੜੇ ਆਟੋ ਮਿਠਾਈ ਵਾਲੇ ਨੇ? ਇਹ ਤਾਂ ਮੇਰੀ ਸੱਚੀ ਦੁਖਦੀ ਹੈ, ਮੈਂ ਰਾਤ ਨੂੰ ਪਿਸ਼ਾਬ ਕਰਨ ਉੱਠੀ ਦੀ, ਬਸ ਕੀ ਦੱਸਾਂ, ਉੱਥੇ ਮੇਰਾ ਪੈਰ ਪੂਰ ਤਿਲਕ ਗਿਆ ਤਾਂ ਡਿੱਗ ਗਈ ਮੈਂ। ਤੂੰ ਟਲਕੇ ਆਈ ਹੈ? ਚੱਲ ਆਈ ਤਾਂ ਟਲਕੇ ਹਾਂ, ਫਿਰ ਮੈਨੂੰ ਐਂ ਤਾਂ ਦੇਖ ਵੀ ਮੈਨੂੰ ਮੇਰੇ ਪੇਕਿਆਂ ਵਾਲੇ ਉੱਠਦੇ ਨਹੀਂ ਹੈਗੇ, ਹੁਣ ਮੈਂ ਕਰਾਂ ਵੀ ਕੀ ਕਰਾਂ? ਫਿਰ ਮੈਂ ਆਪਦੇ ਪਿਓ ਵਾਲਾ ਤਾਂ ਹਿੱਸਾ ਲੈ ਕੇ ਜਾਊਂਗੀ, ਮੇਰਾ ਪਿਓ ਮੁੱਕ ਗਿਆ, ਮੇਰੀ ਮਾਂ ਮੁੱਕ ਗਈ, ਉਹਨਾਂ ਵਾਲਾ ਤਾਂ ਹਿੱਸਾ ਫਿਰ ਮੇਰਾ ਹੋਊਗਾ। ਹੁਣ ਐਂ ਤਾਂ ਮੇਰਾ ਪਿਓ 2 ਕਿੱਲੇ ਮੇਰੇ ਨਾਲ ਲਵਾ ਕੇ ਗਿਆ ਹੈਗਾ, ਫਿਰ ਐਂ ਤਾਂ ਇਹ ਤਾਂ ਜਾਂ ਸਾਰਾ ਕੁਛ ਹੀ ਰੱਖ ਲੈਣਗੀਆਂ, ਇੰਨਾ ਕੁ ਤਾਂ ਫਿਰ ਮੈਨੂੰ ਢੰਗ ਕਰਨਾ ਹੀ ਪਊਗਾ। ਬਾਬਾ ਤੂੰ ਆਪ ਸਿਆਣਾ। ਪੈਸੇ ਆਪਣੇ ਅੱਧੋ ਅੱਧ ਹੋਣਗੇ? ਹਾਂ, ਮੇਰੀ ਗੱਲ ਸੁਣ, ਤੂੰ ਇਹਨਾਂ ਨੂੰ ਐਂ ਕਹਿ ਵੀ ਭਾਈ ਮੈਂ ਇਹਦਾ ਇਲਾਜ ਕਰ ਲਿਆ, ਵੀ ਇਹਦੇ ਮਗਰ ਵੱਡੀ ਸ਼ਹਿ ਹੈ, ਤੁਸੀਂ ਵੀ ਐਂ ਕਰੋ 2.5-2 ਲੱਖ ਰੁਪਏ ਦਿਓ, ਠੀਕ ਹੈ, ਉਹ 'ਚੋਂ 50-60 ਤੂੰ ਲੈ ਲਈ। ਕਿਉਂ, ਅੱਧ ਦਾ ਮਾਲਕ ਬਣੂ ਮੈਂ ਵੀ? ਚੱਲ ਲੱਖ ਰੱਖ ਲਈ ਫਿਰ, ਜੇ 2 ਦੇਖ ਮੇਰੀ ਗੱਲ ਸੁਣ, ਜੇ 2 ਮੰਗੇਗਾ ਤਾਂ ਲੱਖ ਤੂੰ ਲੈ ਲਈ, ਜੇ ਭਾਈ 3 ਮੰਗੇਗਾ ਫਿਰ 1.5 ਤੇਰਾ 1.5 ਮੇਰਾ। ਪੱਕੀ ਗੱਲ ਹੈ? ਲੈ ਪੱਕੀ ਗੱਲ ਹੈ, ਤੂੰ ਹੱਥ ਮਿਲਿਆ ਕੇ ਰਾ। ਹੋਇਆ ਤੈਨੂੰ ਕੁਛ ਨਹੀਂ? ਨਹੀਂ ਹੋਇਆ ਮੈਨੂੰ ਕੁਛ ਨਹੀਂ, ਬਸ ਮੈਨੂੰ ਐਂ ਵੀ ਮੇਰੇ ਪਿਓ ਦੀ ਜਾਇਦਾਦ ਮੇਰੀ ਹੋ ਜੇ। ਕਿਉਂ ਭਾਈ, ਜਦੋਂ ਭਾਬੀਆਂ ਆਈ ਨੂੰ ਮੱਥੇ ਵੱਟ ਪਾ ਲੈਂਦੀਆਂ ਨੇ, ਮੇਰੇ ਹੱਥ 'ਤੇ ਰੁਪਈਆ ਨਹੀਂ ਧਰਦੀਆਂ ਹੈਗੀਆਂ, ਤਿੱਥ ਤਿਉਹਾਰ ਨੂੰ ਮੇਰੇ ਕੋਲ ਨਹੀਂ ਜਾਂਦੀਆਂ, ਮੇਰੇ ਭਾਈ ਨਹੀਂ ਮੈਨੂੰ ਉੱਠਦੇ ਹੈਗੇ, ਫਿਰ ਮੈਂ ਕਰਾਂ ਤਾਂ ਕੀ ਕਰਾਂ? ਕੋਈ ਡਰਾਮਾ ਤਾਂ ਬਾਬਾ ਕਰਨਾ ਪਊ। ਠੀਕ ਹੈ ਠੀਕ ਹੈ, ਹੁਣ ਮੈਂ ਕਰਦਾ ਡਰਾਮਾ। ਹੁਣ ਤੂੰ ਬਸ ਐਂ ਕਹਿ ਦੇ ਵੀ ਉਹਦੇ ਮਗਰ ਵੱਡੀ ਸ਼ਹਿ ਹੈਗੀ, ਦੇਖ ਲੈ ਜੇ 1.5-2 ਲੱਖ ਰੁਪਏ ਲੈਣੇ, ਦੇਖ ਲੈ ਨਹੀਂ ਜੇ ਇਹਨਾਂ ਨੂੰ ਨਾ ਵੀ ਦਿੱਤਾ ਨਾ ਮੈਂ ਤੈਨੂੰ ਕਿੱਲਾ ਵੇਚ ਕੇ ਦੇ ਦੂੰ। ਬਸ ਠੀਕ ਹੈ, ਲਿਆ ਫਿਰ ਭੂਆ ਆਪਦੇ ਅੰਦਰ ਆ ਗਈ ਭੂਆ ਆ ਗਈ, ਬਸ ਲਿਆ ਲਿਆ, ਦੇਖਾਂ ਕਿਵੇਂ ਲਿਆਉਣੀ ਤੂੰ। ਹਾਂ ਸਿਰ ਜਾ ਵੱਧ ਹਿਲਾ ਮਾੜਾ ਜਿਹਾ, ਵੱਧ ਹਾਂ ਵੱਧ ਲਾਉਂਦੀ ਹੁੰਦੀਆਂ ਨੇ। ਹਾਂ ਬਸ ਠੀਕ, ਨਾੜ ਨਾ ਚੜਾ ਲਈ, ਮੇਰੀ ਗੱਲ ਸੁਣ ਲੈ, ਜਦੋਂ ਆ ਗਈਆਂ ਉਦੋਂ 1-2 ਵਾਰੀ ਉੱਚੀ ਉੱਚੀ ਕੁੱਕਾਂ ਜੀਆਂ ਮਾਰਦੀ। ਠੀਕ ਆ ਬਸ ਠੀਕ ਆ, ਕੰਮ ਕੰਮ ਕੇ ਉੱਕਾ ਮਾਰ ਦੂੰ ਮੈਂ, ਤੂੰ ਸੱਦ ਕੇ ਰਹਾ ਉਹਨਾਂ ਨੂੰ, ਭੂਆ ਤਾਂ ਮੈਂ ਆਪੀ ਲਿਆ ਦੂੰ, ਬਸ ਤੂੰ ਉਹ 2.5-2 ਲੱਖ ਰੁਪਏ ਵਾਲੀ ਕੰਮ ਗੱਲ ਕਰ ਲਈ, ਵੱਧ ਹੀ ਮੰਗ ਲਈ ਭਾਵੇਂ। ਰੰਜਨ ਜੇ 4 ਲੱਖ ਮੰਗੇਗਾ ਨਾ ਫਿਰ 2-3 ਦੇਣਗੀਆਂ ਤੈਨੂੰ, ਇੰਨਾ ਦੱਸਤਾ, ਇਹ ਬਹੁਤ ਸੂਮ ਨੇ, ਇਹ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀਆਂ ਦੋਨੇ ਜਣੀਆਂ। ਬਸ ਠੀਕ ਆ, ਲੱਖ ਨਿਰੰਜਨ ਅੰਦਰ ਆਓ ਭਾਈ, ਆ ਗੱਲ ਸੁਣੋ। ਕੀ ਕਹਿੰਦੀ ਬਾਬਾ ਜੀ ਭੂਤ? ਚੁੱਪ ਕਰ ਜਾ ਹੁਣ। ਆ ਭੂਆ ਭੂਆ ਪਾਲੀ, ਮੈਨੇ ਆਪਦਾ ਕੰਮ ਕਰਤਾ, ਬਾਬੇ ਨੇ ਰਿਕਾਰਡਿੰਗ ਲਾ ਰੱਖੀ ਸੀ, ਪਾਲੀ ਕੰਮ ਤਾਂ ਮੈਂ ਤੇਰਾ ਕਰਨ ਆਇਆ ਸੀ, ਪਰ ਇਹਦੀਆਂ ਗੱਲਾਂ ਸੁਣ ਕੇ
ਮੈਨੂੰ ਕਿਤੇ ਨਾ ਕਿਤੇ ਇਹ ਵੀ ਸਹੀ ਲੱਗਦੀ ਆ। ਉਹ ਕਿਵੇਂ ਬਈ? ਜਦੋਂ ਕੁੜੀਆਂ ਪੇਕੇ ਆਉਂਦੀਆਂ ਨੇ ਨਾ, ਬਹੁਤ ਆਸ ਲੈ ਕੇ ਆਉਂਦੀਆਂ ਨੇ, ਜੇ ਇਹਦੇ ਮਾਂ ਪਿਓ ਹੁੰਦੇ ਇਹਦੇ ਸਾਰੇ ਰੀਝਾਂ ਪੂਰੀ ਕਰਦੇ, ਪਰ ਹੁਣ ਇਹਦੇ ਮਾਂ ਪਿਓ ਨਹੀਂ ਹੈਗੇ, ਇਹਦੇ ਮਾਂ ਪਿਓ ਤੁਸੀਂ ਹੋ, ਤੁਸੀਂ ਇਹਦੀਆਂ ਰੀਝਾਂ ਪੂਰੀਆਂ ਕਰਨੀਆਂ ਨੇ। ਜਦੋਂ ਆਉਂਦੀ ਹੈ ਉਦੋਂ ਤੁਸੀਂ ਮੱਥੇ ਵੱਟ ਪਾ ਲੈਂਦੇ ਹੋ, ਜਦੋਂ ਜਾਂਦੀ ਹੈ ਉਦੋਂ ਕੁਛ ਦਿੰਦੇ ਨਹੀਂ, ਇਹਨੇ ਇਹੋ ਜਿਹਾ ਕੁਛ ਹੀ ਕਰਨਾ ਹੈਗਾ। ਅੱਛਾ ਬਾਬਾ ਜੀ, ਇਹ ਸਾਰਾ ਕੁਛ ਢੰਗ ਸੀਗਾ? ਹਾਂ ਇਹ ਸਾਰਾ ਕੁਛ ਢੰਗ ਸੀ, ਪਰ ਮੈਨੂੰ ਜਾਇਜ਼ ਲੱਗ ਰਿਹਾ। ਕਿਉਂ ਤੁਸੀਂ ਮੱਥੇ ਵੱਟ ਪਾਉਂਦੇ ਹੋ? ਲੈ ਬਾਈ, ਜਿਹਨੂੰ ਕੁਛ ਚਾਹੀਦਾ ਸਿੱਧੇ ਮੂੰਹ ਕਹਿ ਦਿੰਦੀ, ਆ ਕੁਛ ਕਰਨ ਦੀ ਕੀ ਲੋੜ ਸੀ? ਉਹ ਕਈਆਂ ਦੀ ਆਦਤ ਹੁੰਦੀ ਹੈ, ਇਹ ਤਾਂ ਇੰਨਾ ਕੁਛ। ਤੁਸੀਂ ਆਪਣੀ ਜਗ੍ਹਾ ਤੇ ਸਹੀ ਰਹਿਣਾ ਸੀ। ਨਹੀਂ ਬਾਬਾ ਜੀ, ਅਸੀਂ ਤਾਂ ਸਹੀ ਸੀ ਆਪਣੀ ਜਗ੍ਹਾ, ਪਰ ਇਹ ਥੋੜਾ ਜਿਹਾ ਜ਼ਿਆਦਾ ਹੀ ਕਰ ਗਈ ਕੁਛ। ਨਹੀਂ ਇਹਨੂੰ ਜ਼ਿਆਦਾ ਕਰਨਾ ਪੈ ਗਿਆ। ਚਲੋ ਮੇਰਾ ਤਾਂ ਮਤਲਬ ਸੀ ਤੁਹਾਨੂੰ ਸਮਝਾਉਣਾ, ਵੀ ਅਸੀਂ ਸਾਡੇ ਤੋਂ ਵੀ ਗਲਤੀ ਹੋਈ ਆ, ਵੀ ਅਸੀਂ ਵੀ ਨਹੀਂ ਇੰਨਾ ਉਹਦੇ ਨਾਲ। ਹਾਂ ਤੁਸੀਂ ਨਹੀਂ ਕਰਨਾ ਸੀ ਕੁਛ ਇਹਨੂੰ, ਪਰ ਦੇਖ ਭੈਣੇ ਗੱਲ ਤੇਰੀ ਵੀ ਗਲਤ ਹੈ। ਤੂੰ ਜਦੋਂ ਤੁਸੀਂ ਆਉਂਦੇ ਹੋ ਤੁਸੀਂ ਆਪਣੇ ਆਪ ਨੂੰ ਮਹਾਰਾਣੀਆਂ ਸਮਝ ਲੈਂਦੇ ਹੋ, ਪਰ ਤੁਸੀਂ ਇਸੇ ਘਰ 'ਚ ਗਏ ਹੋ, ਤੁਸੀਂ ਵੀ ਕੰਮ ਕਰ ਸਕਦੇ ਹੋ, ਠੀਕ ਹੈ ਨਾ। ਜੇ ਤੁਸੀਂ ਇਹਨਾਂ ਨੂੰ ਮਾਂ ਪਿਓ ਸਮਝਦੇ ਹੋ ਤਾਂ ਮਾਂ ਪਿਓ ਦਾ ਦਰਜਾ ਵੀ ਦਿਓ, ਠੀਕ ਹੈ ਬਾਬਾ? ਕੋਈ ਗੱਲ ਨਹੀਂ। ਹਾਂ ਬਾਬਾ ਬੁੱਬਾ ਕੋਈ ਨਹੀਂ ਨਾਲੇ। ਹਾਂ ਇਹ ਮੇਰਾ ਭਰਾ ਹੈ। ਮੈਂ ਬਾਬਾ ਬੁੱਬਾ ਕੋਈ ਨਹੀਂ, ਮੈਂ ਤਾਂ ਇਹਦਾ ਕਲਾਸਮੇਟ ਹਾਂ, ਇਹਦਾ ਭਰਾ ਬਣਿਆ ਹੋਇਆ। ਤੂੰ ਜਾਣਦੀ ਇਹ ਗੱਲ? ਮੈਂ ਤੈਨੂੰ ਫਿਰ ਦੱਸਦੀ ਹਾਂ ਕੋਮਲ, ਜੇ ਤੈਨੂੰ ਕਿਸ ਚੀਜ਼ ਦੀ ਲੋੜ ਹੁੰਦੀ ਹੈ ਤੂੰ ਮੂੰਹ ਨਾਲ ਕਹਿ ਦਿਆ ਕਰ, ਇਹ ਸਭ ਕੁਛ ਕਰਨ ਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਪਿਆਰ ਨਾਲ ਰਹੋ, ਵਧੀਆ ਪਿਆਰ ਨਾਲ ਤੂੰ ਰਿਹਾ ਕਰੇ ਸਾਡੇ ਨਾਲ। ਕਿਹੜੇ ਸੰਧਾਰੇ ਲੈ ਕੇ ਆਈ ਹੋ ਪਹਿਲਾਂ ਇਹ ਦੱਸ। ਚਲ ਬਸ ਹੁਣ ਪਿਆਰ ਨਾਲ ਰਿਹਾ ਕਰੇ, ਸਾਰਾ ਕੁਝ ਹੋਤਾ ਗਿਆ, ਨਹੀਂ ਰਿਹਾ ਕਰੀਏ, ਸਾਰਾ ਕੁਝ ਸਹੀ ਹੋ ਗਿਆ ਭਾਈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਭੈਣੇ, ਠੀਕ ਹੈ ਨਾ। ਹੁਣ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਦਿਓ, ਸਭ ਕੁਝ ਠੀਕ ਹੈ। ਚਾਹ ਪਾਣੀ ਪੀ। ਚਲ ਠੀਕ ਹੈ ਭਾਈ, ਠੀਕ ਹੈ ਵੀਰੇ, ਤੇਰਾ ਬਹੁਤ ਬਹੁਤ ਧੰਨਵਾਦ। ਨਹੀਂ ਕੋਈ ਗੱਲ ਨਹੀਂ, ਸਿਰ ਦੁਖਦੇ ਦੀ ਗੋਲੀ ਦੇ ਦੋ ਨੀ। ਸਤਿ ਸ਼੍ਰੀ ਅਕਾਲ। ਸਿਰ ਦੁਖਦੇ ਦੀ ਗੋਲੀ ਦੇ ਦੋ। ਕੋਮਲ ਅੰਦਰ ਪਈ ਹੈ, ਚੱਕ ਕੇ ਲੈ ਲੈ। ਆ ਦੇਖ ਉਹੀ ਕੰਮ ਆ ਗਿਆ ਨਾ ਬਾਪ।